ਜੈ ਭੀਮ ਜੈ ਭਾਰਤ, ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ, ਹਿੰਮਤ ਸੱਚ ਦਿਖਾਉਣ ਦੀ। ਮੈਂ ਤੁਹਾਡੀ ਆਪਣੀ ਅਮਨਦੀਪ। ਅੱਜ ਅਸੀਂ ਪਹੁੰਚੇ ਹਾਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਕੰਚਨ ਦਿਓਲ ਜੀ, ਜੋ ਕਿ ਕ੍ਰਾਈਮ ਕੰਟਰੋਲ ਪ੍ਰੈਜ਼ੀਡੈਂਟ ਹੁਸ਼ਿਆਰਪੁਰ, ਔਰ ਨਾਲ ਹੀ ਸਾਡੇ ਰਜਨੀ ਤਲਵਾਰ ਜੀ, ਜੋ ਕਿ ਡਿਸਟ੍ਰਿਕਟ ਸੈਕਟਰੀ ਨੇ, ਤੇ ਉਹਨਾਂ ਦੇ ਨਾਲ ਹੀ ਬੈਠੇ ਨੇ ਲਖਵਿੰਦਰ ਜੀ, ਜੋ ਕਿ ਵਾਈਸ ਪ੍ਰੈਜ਼ੀਡੈਂਟ ਕ੍ਰਾਈਮ ਕੰਟਰੋਲ ਵੱਲੋਂ। ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਕੰਚਨ ਦਿਓਲ ਜੀ, ਸਾਡੇ ਚੈਨਲ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਵਿੱਚ ਆਉਣ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ। ਧੰਨਵਾਦ ਮੈਮ। ਤੇ ਅੱਜ ਤੁਸੀਂ ਮੰਨ ਲਓ ਕਿ ਆਪਾਂ ਜਿਹੜਾ ਵਿਸ਼ਾ ਹੈਗਾ ਵਾ ਲੇਡੀਜ਼ ਨੂੰ ਲੈ ਕੇ, ਕਿ ਲੇਡੀਜ਼ ਤੇ ਅੱਤਿਆਚਾਰ ਹੋ ਰਹੇ ਆ ਔਰ ਸਭ ਤੋਂ ਵੱਧ ਹੋ ਰਿਹਾ ਨਸ਼ੇ, ਇਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਮ, ਤੁਸੀਂ ਬਹੁਤ ਅੱਛਾ ਕੁਐਸਚਨ ਪੁੱਟ ਕੀਤਾ ਕਿ ਨਸ਼ਿਆਂ ਦੇ ਕਾਰਨ ਹੀ ਜ਼ਿਆਦਾ ਅੱਤਿਆਚਾਰ ਹੋ ਰਿਹਾ ਹੈ, ਘਰੇਲੂ ਹਿੰਸਾ ਹੋ ਰਹੀ ਆ, ਥਾਂ ਥਾਂ ਤੇ ਲੜਾਈਆਂ ਹੋ ਰਹੀਆਂ। ਜਿਹੜੀ ਨਵੇਂ ਸਾਡੇ ਕੋਲ ਇੰਨੇ ਕੁ ਕੇਸ ਆਉਂਦੇ ਆ ਕਿ ਜਿਹਦੇ ਵਿੱਚ ਨਸ਼ਿਆਂ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੈ ਕਿ ਨਸ਼ੇ ਕਰ ਲੈਂਦੇ ਆ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕਰ ਕੀ ਰਹੇ ਆ। ਆ ਰੀਸੈਂਟਲੀ ਇੱਕ ਕੇਸ ਆਇਆ ਸੀ ਮੇਰੇ ਕੋਲ, ਜਿਹਦੇ ਵਿੱਚ ਕੀ ਹੋਇਆ ਕਿ ਬੱਚੇ ਨੂੰ ਛੇੜਿਆ, ਉਹਨੇ ਤੰਗ ਕੀਤਾ, ਬੈਡ ਟੱਚ ਕੀਤਾ, ਤੇ ਉਹਨੂੰ ਪੁੱਛਿਆ ਗਿਆ, ਕਹਿੰਦਾ ਮੈਡਮ ਮੈਨੂੰ ਪਤਾ ਹੀ ਨਹੀਂ ਆ ਕਿ ਹੋਇਆ ਕੀ ਆ, ਕਿ ਕਿੱਥੇ ਘਰ ਘਰ ਦੇ ਵਿੱਚ ਨਸ਼ਾ ਹੋ ਰਿਹਾ, ਲੜਾਈ ਦਾ ਕਾਰਨ ਵੀ ਨਸ਼ੇ ਕਾਰਨ ਹੀ ਆ, ਸ਼ਰਾਬਾਂ ਪੀਤੀਆਂ ਜਾਂਦੀਆਂ, ਅਫੀਮ, ਡੋਡੇ, ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਨਸ਼ੇ ਅੱਜ ਕੱਲ੍ਹ ਦੇ ਚੱਲੇ ਹੋਏ ਆ, ਜਿਨ੍ਹਾਂ ਦੇ ਕਾਰਨ ਘਰ ਘਰੇਲੂ ਕਲੇਸ਼ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਮੈਮ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਬਾਜ਼ਾਰ ਦੇ ਵਿੱਚ ਇੱਕ ਲੜਕੀ ਨਾਲ ਛੇੜਖਾਨੀ ਕੀਤੀ ਗਈ, ਉਸ ਟਾਈਮ ਤੁਸੀਂ ਉੱਥੇ ਮੌਜੂਦ ਸੀਗੇ? ਮੌਜੂਦ ਸੀ ਤੁਸੀਂ ਉਸ ਟਾਈਮ? ਨਹੀਂ ਮੈਮ, ਮੈਂ ਮੌਜੂਦ ਨਹੀਂ ਸੀਗੀ। ਉਹਨਾਂ ਦੀ ਬੇਟੀ ਜਿਹੜੀ, ਜਿਨ੍ਹਾਂ ਨਾਲ ਛੇੜਖਾਨੀ ਹੋਈ ਸੀ, ਉਹਨਾਂ ਦੀ ਮਦਰ ਨੇ ਮੈਨੂੰ ਕੰਪਲੇਂਟ ਕੀਤੀ ਸੀ ਕਿ ਮੇਰੀ ਬੇਟੀ ਦੀ ਜਿਹੜੀ ਆ ਛੇੜਖਾਨੀ ਕੀਤੀ ਗਈ ਆ, ਮੈਂ ਉਹਨਾਂ ਦੇ ਪਿੱਛੇ ਭੱਜੀ ਹਾਂ, ਤੇ ਉਸ ਤੋਂ ਬਾਅਦ ਉਹਨਾਂ ਨੇ ਕੰਪਲੇਂਟ ਕੀਤੀ। 15 ਦਿਨ ਉਹਨਾਂ ਦੀ ਸੁਣਵਾਈ ਨਹੀਂ ਹੋਈ ਸੀ ਪੁਲਿਸ ਥਾਣੇ ਵਿੱਚ? ਹਾਂਜੀ, ਪੁਲਿਸ ਥਾਣੇ ਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ, 15 ਦਿਨ ਉਹਨਾਂ ਦੀ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਕੇਸ ਇਹ ਮੇਰੇ ਕੋਲ ਆਇਆ ਸੀਗਾ, ਤੇ ਜਦਕਿ ਅਸੀਂ ਸੁਣ ਕੇ ਫਿਰ ਸਾਰੀ ਟੀਮ ਮੇਰੀ ਹੁਸ਼ਿਆਰਪੁਰ ਦੀ, ਅਸੀਂ ਥਾਣੇ ਗਏ ਹਾਂ। ਥਾਣੇ ਜਾ ਕੇ ਅਸੀਂ ਜੋ ਕਾਰਵਾਈ ਬਣਦੀ ਸੀਗੀ ਉਸ ਮੁੰਡੇ ਦੇ ਖਿਲਾਫ, ਅਸੀਂ ਉਹ ਕਾਰਵਾਈ ਕਰਵਾਈ ਆ। ਉਸ ਤੋਂ ਬਾਅਦ ਉਸ ਮੁੰਡੇ ਨੇ ਸੋਰੀ ਫੀਲ ਕੀਤਾ ਕਿ ਕਿਹਾ ਕਿ ਮੈਮ ਮੈਨੂੰ ਸੋਰੀ ਪਤਾ ਹੀ ਨਹੀਂ ਲੱਗਿਆ ਮੈਂ ਕੀਤਾ ਕੀ ਆ, ਕਿ ਮਤਲਬ ਮੀਨਸ ਇਹ ਆ ਕਿ ਮੈਮ ਨਸ਼ਿਆਂ ਦਾ ਇੰਨਾ ਕੁ ਜ਼ਿਆਦਾ ਕੰਮ ਵੱਧ ਚੁੱਕਿਆ ਕਿ ਬੰਦੇ ਦਾ ਆਪਣਾ ਕੰਟਰੋਲ ਨਹੀਂ ਆ ਕਿ ਕੀ ਕੀਤਾ। ਕਿੰਨਾ ਟਾਈਮ ਹੋ ਗਿਆ ਮੈਮ ਤੁਹਾਨੂੰ ਜੁਆਇਨਿੰਗ ਕੀਤੀ? ਮੈਮ ਮੈਨੂੰ ਜੁਆਇਨ ਕੀਤਾ ਘੱਟੋ ਘੱਟ ਵੀ 1 ਸਾਲ ਤੋਂ ਉੱਪਰ ਹੋ ਚੁੱਕਿਆ। ਪਹਿਲਾਂ ਵੀ ਤੁਸੀਂ ਕੋਈ NGO ਦਾ ਜੁਆਇਨਿੰਗ ਕੀਤੀ ਨੇ? ਮੈਮ ਮੇਰੀ ਕਾਫੀ, ਮੈਂ NGOs ਨਾਲ ਕੰਮ ਕਰ ਰਹੀ ਹਾਂ, 7-8 NGOs ਆ ਜਿਨ੍ਹਾਂ ਵਿੱਚ ਮੈਂ ਕੰਮ ਕਰ ਰਹੀ ਹਾਂ, ਬਟ ਜਿਹੜੀ ਮੇਰੀ ਮੇਨ NGO ਆ ਉਹ ਹੈ ਕ੍ਰਾਈਮ ਕੰਟਰੋਲ। ਕਿਵੇਂ ਦਾ ਲੱਗਾ ਤੁਹਾਨੂੰ ਕੰਮ ਕਰਕੇ? ਮੈਮ ਮੈਨੂੰ ਦਿਲੋਂ ਕਹਿ ਰਹੀ ਹਾਂ ਕਿ ਬਹੁਤ ਵਧੀਆ ਲੱਗਦਾ, ਕਿਉਂਕਿ ਇੱਕ ਇਨਸਾਫ ਦਿਵਾਉਣਾ, ਅੱਤਿਆਚਾਰ ਦੇ ਖਿਲਾਫ ਖੜੇ ਹੋਣਾ, ਇਹ ਬਹੁਤ ਵੱਡੀ ਗੱਲ ਹੈ, ਤੇ ਮੈਨੂੰ ਇੰਨਾ ਮਾਣ ਮਹਿਸੂਸ ਹੁੰਦਾ ਕਿ ਮੈਂ, ਚਲੋ ਪਰਮਾਤਮਾ ਨੇ ਅੱਜ ਮੇਰੀ ਡਿਊਟੀ ਲਗਾਈ ਆ ਤਾਂ ਮੈਂ ਕਿਸੇ ਨਾਲ ਇਨਸਾਫ ਦਵਾ ਸਕਾਂ। ਕਿੰਨੇ ਕੇਸ ਮੈਮ ਅੱਜ ਤੱਕ ਹੈਂਡਲ ਕਰ ਚੁੱਕੇ ਹੋ ਕ੍ਰਾਈਮ ਕੰਟਰੋਲ ਦੇ ਵਿੱਚ ਤੁਸੀਂ? ਮੈਮ ਜ਼ਿਆਦਾ ਨਹੀਂ ਤਾਂ ਮੈਂ ਘੱਟੋ ਘੱਟ ਵੀ 30-35 ਕੇਸਿਸ ਮੈਂ ਆਪਣੇ ਬਿਹਾਫ ਦੇ ਉੱਤੇ ਟੀਮ ਦੇ ਨਾਲ ਸੋਰਟ ਆਊਟ ਕਰ ਚੁੱਕੀ ਹਾਂ। ਇਹ ਸਾਰੇ ਲੇਡੀਜ਼ ਕੇਸ ਹੈ ਜਾਂ ਜੈਂਟਸ ਕੇਸ ਵੀ ਆਉਂਦੇ ਤੁਹਾਡੇ ਕੋਲ? ਮੈਮ ਜ਼ਿਆਦਾ ਕਰਕੇ ਕੇਸਿਸ ਮੇਰੇ ਕੋਲ ਲੇਡੀਜ਼ ਦੇ ਹੀ ਆਉਂਦੇ ਆ, ਕਿਉਂਕਿ ਘਰੇਲੂ ਹਿੰਸਾ, ਕੁੱਟਮਾਰ, ਰੋਜ਼ ਸ਼ਰਾਬ ਪੀ ਕੇ ਕਿਸੇ ਨੇ ਕੁੱਟਿਆ, ਕੋਈ ਅੱਤਿਆਚਾਰ ਹੋ ਰਿਹਾ, ਕੋਈ ਸੱਸ ਤੰਗ ਕਰ ਰਹੀ ਆ, ਕਿ ਮਤਲਬ ਕਾਫੀ ਟਾਈਪ ਦੇ ਕੇਸਿਸ ਹੁੰਦੇ ਆ ਮੈਮ। ਜਿਸ ਤਰ੍ਹਾਂ ਮੈਮ ਤੁਸੀਂ ਇੱਕ ਮਤਲਬ ਸ਼ੇਅਰ ਕੀਤਾ ਸੀ ਕਿ ਤੁਹਾਡੇ ਕੋਲ ਰਾਤ ਇੱਕ ਕੇਸ ਆਇਆ ਲੇਡੀਜ਼ ਦਾ, ਜਿਨ੍ਹਾਂ ਦੇ ਹਸਬੈਂਡ ਉਹਨਾਂ ਨੂੰ ਮਾਰਿਆ ਵਾ, ਕੁੱਟਿਆ ਬਹੁਤ ਜ਼ਿਆਦਾ, ਤਾਂ ਉਹ ਕਿਵੇਂ ਕੇਸ ਸੋਲਵ ਕੀਤਾ ਤੁਸੀਂ? ਮੈਮ ਕੱਲ ਰਾਤ ਮੈਨੂੰ 1:30 ਵਜੇ ਕਾਲ ਆਈ ਸੀ ਕਿ ਮੇਰੇ ਹਸਬੈਂਡ ਨੇ ਡਰਿੰਕ ਕੀਤੀ ਆ, ਡਰਿੰਕ ਕਰਕੇ ਮੈਨੂੰ ਤੰਗ ਕਰ ਰਹੇ ਆ ਤੇ ਮੈਨੂੰ ਕੁੱਟਮਾਰ ਕੀਤੀ ਆ, ਮੈਂ ਛੱਤ ਦੇ ਉੱਪਰ ਚੜੀ ਆ ਮੈਮ, ਤੁਹਾਨੂੰ ਕਾਲ ਕਰ ਰਹੀ ਆ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਕਾਲ ਕਰ ਰਹੀ ਹਾਂ, ਪੁਲਿਸ ਨੂੰ ਵੀ ਕੀਤੀ ਆ, ਬਟ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਆ।
ਤੇ ਉਸ ਤੋਂ ਬਾਅਦ ਸਵੇਰੇ ਜਾ ਕੇ ਅਸੀਂ ਉਹਨਾਂ ਦੇ ਕੰਪਲੇਂਟ ਰਜਿਸਟਰਡ ਕਰਵਾਈ ਆ, ਤੇ ਉਸ ਤੋਂ ਬਾਅਦ ਜਾ ਕੇ ਮਤਲਬ ਉਹਨਾਂ ਨੂੰ ਇਨਸਾਫ ਜੋ ਸੀਗਾ ਬਣਦਾ ਉਸ ਟਾਈਮ ਅਸੀਂ ਕਰਵਾ ਦਿੱਤਾ ਹੈ। ਮਤਲਬ ਕਿ ਜਿਹੜਾ ਕੇਸ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸੋਲਵ ਕਰ ਲੈਂਦੇ ਹੋ। ਹਾਂਜੀ ਇਹਦੇ ਵਿੱਚ ਬਿਲਕੁਲ ਕੌਣ ਕੌਣ ਤੁਹਾਡੇ ਨਾਲ ਸਪੋਰਟ ਵਿੱਚ ਆਉਂਦੇ? ਮੈਮ ਸਾਡੀ ਸਾਰੀ ਟੀਮ ਹੁੰਦੀ ਆ ਹੁਸ਼ਿਆਰਪੁਰ ਦੀ, ਬਹੁਤ ਅੱਛਾ ਕੰਮ ਕਰ ਰਹੀ ਹੈ। ਇੱਕ ਕਾਲ ਕਰਦੀ ਹਾਂ ਤੇ ਸਾਰੀ ਟੀਮ ਉਸੇ ਟਾਈਮ ਔਨ ਦਾ ਸਪੋਟ ਜਿੱਥੇ ਜਗ੍ਹਾ ਤੇ ਸਾਨੂੰ ਬੁਲਾਇਆ ਜਾਂਦਾ ਅਸੀਂ ਮਤਲਬ ਆ ਜਾਂਦੇ ਆ ਸਾਰੇ। ਓਕੇ ਮੈਮ, ਤੇ ਥੈਂਕ ਯੂ, ਬਹੁਤ ਧੰਨਵਾਦ ਹੈ ਜੀ ਤੁਹਾਡਾ। ਕਿ ਮੰਨ ਲਓ ਕਿ ਤੁਸੀਂ ਹੁਣ ਜਿਹੜੇ ਆਉਣ ਵਾਲੀ ਜਨਰੇਸ਼ਨ ਆ, ਜਿਸ ਤਰ੍ਹਾਂ ਕਿ ਮੰਨ ਲਓ ਨਸ਼ਿਆਂ ਨੂੰ ਲੈ ਕੇ ਲੜਕੀਆਂ ਤੇ ਅਤਿਆਚਾਰ ਹੋ ਰਹੇ ਆ, ਦਿਨ ਦਿਹਾੜੇ ਬਲਾਤਕਾਰ ਹੋ ਰਹੇ ਆ, ਔਰ ਜ਼ਿਆਦਾਤਰ ਮੈਮ ਦੇਖਿਆ ਜਾਂਦਾ ਹੈ ਕਿ ਇੱਕ ਲਵ ਮੈਰਿਜ ਦਾ ਬਹੁਤ ਜ਼ਿਆਦਾ ਮੰਨ ਲਓ ਚੱਲ ਰਿਹਾ ਵਾ, ਔਰ ਜੇ ਲਵ ਮੈਰਿਜ ਨਾ ਸਕਸੈਸਫੁਲ ਹੋਣ ਦਾ ਕਾਰਨ ਮੈਮ ਸਭ ਤੋਂ ਵੱਡਾ ਹੈ ਕਿ ਇੱਕ ਧੀਰਜ, ਇੱਕ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਧੀਰਜ ਨਹੀਂ ਆ, ਕਿ ਸ਼ਾਂਤੀ ਨਹੀਂ ਆ, ਕਿ ਹਰ ਵੇਲੇ ਹਾਈਪਰ, ਕਿ ਛੋਟੀ ਛੋਟੀ ਪ੍ਰੋਬਲਮਸ ਨੂੰ ਵਧਾਉਣਾ, ਗੱਲ ਨੂੰ ਛੋਟੀ ਜਿਹੀ ਗੱਲ ਹੁੰਦੀ ਆ ਕਿ ਉਸਨੂੰ ਇੰਨਾ ਕੁ ਬਤੰਗੜ ਬਣਾ ਦੇਣਾ ਕਿ ਸਬਰ ਨਾਮ ਦੀ ਚੀਜ਼ ਨਹੀਂ ਆ। ਔਰ ਕਿਤੇ ਨਾ ਕਿਤੇ ਇਹ ਆ ਕਿ ਲਵ ਮੈਰਿਜ ਬੜੇ ਚਾਅ ਨਾਲ ਕਰਾ ਲੈਂਦੇ ਆ, ਬੈਕਗ੍ਰਾਉਂਡ ਨਹੀਂ ਦੇਖਦੇ ਆ, ਆਮਦਨ ਦਾ ਸਾਧਨ ਨਹੀਂ ਦੇਖਦੇ ਆ, ਜਦੋਂ ਮੈਰਿਜ ਹੁੰਦੀ ਆ ਫਿਰ ਪਤਾ ਲੱਗਦਾ ਹੈ ਕਿ। ਹਾਂਜੀ, ਹੁਣ ਅਸੀਂ ਗੱਲਬਾਤ ਕਰਾਂਗੇ ਜੀ ਰਜਨੀ ਤਲਵਾਰ ਨਾਲ, ਜੋ ਕਿ ਡਿਸਟ੍ਰਿਕਟ ਸੈਕਟਰੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਰਜਨੀ ਮੈਮ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਕ੍ਰਾਈਮ ਕੰਟਰੋਲ ਜੁਆਇਨਿੰਗ ਕੀਤੀ? ਮੈਨੂੰ ਹੋ ਗਿਆ ਜੀ 6 ਮਹੀਨੇ, ਘੱਟ ਤੋਂ ਘੱਟ 6 ਮਹੀਨੇ ਹੋ ਗਏ ਆ। ਓਕੇ ਮੈਮ, ਤੇ ਮੈਂ ਅੱਛਾ ਕੰਮ ਕਰ ਰਹੀ ਹਾਂ ਕੰਚਨ ਦਿਓਲ ਜੀ ਦੇ ਨਾਲ ਮਿਲ ਕੇ। ਓਕੇ ਜੀ, ਤੇ ਕਿੰਨੇ ਕੇਸ ਅੱਜ ਤੱਕ ਸੋਲਵ ਕੀਤੇ ਤੁਸੀਂ ਇਹਨਾਂ ਨਾਲ? ਮੈਮ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕੰਚਨ ਜੀ ਨੇ ਕਿ 30-35 ਕੇਸ ਆਪਾਂ ਸੋਲਵ ਕਰ ਚੁੱਕੇ ਹਾਂ, ਜਿਹੜੇ ਕਿ ਤੁਸੀਂ ਨਾਲ ਰਹਿ ਕੇ ਸੋਲਵ ਕਰ ਹਾਂਜੀ ਰਹੇ ਹੋ। ਬਿਲਕੁਲ, ਤੇ ਕੇਸ ਦੇ ਵਿੱਚ ਕੋਈ ਤੁਹਾਨੂੰ ਪਰੇਸ਼ਾਨੀ ਆਈ ਅੱਜ ਤੱਕ, ਜਾਂ ਮੰਨ ਲਓ ਜਿਹੜਾ ਕੇਸ ਹੋਵੇ ਆਸਾਨੀ ਨਹੀਂ ਸੋਲਵ ਕਰ ਲੈਂਦੇ, ਜਾਂ ਕਿ ਥੋੜੀ ਦਿੱਕਤ ਮੈਮ? ਪਰੇਸ਼ਾਨੀ ਆਉਂਦੀ ਐਕਚੁਅਲੀ ਹੈ? ਓਬਸਟੇਕਲ ਤਾਂ ਆਉਂਦੀ ਆਈ ਹੈ ਨਾ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਹੀ ਜਿਹੜਾ ਕੇਸ ਹੋਇਆ ਲੇਡੀ ਨੂੰ ਕੁੱਟਿਆ ਉਹਦੇ ਹਸਬੈਂਡ ਨੇ, ਤੇ ਉਹਦੇ ਵਿੱਚ ਜਿਹੜੇ ਉਹਦੇ ਰਿਸ਼ਤੇਦਾਰ ਆ ਉਹ ਵਿੱਚ ਥੋੜਾ ਇੰਟਰਫੇਅਰ ਕਰਨ ਲੱਗ ਜਾਂਦੇ ਕਿ ਸਾਡੀ ਇੱਜ਼ਤ ਜਾਊਗੀ, ਨਹੀਂ ਜਾਣਾ ਆਪਣੇ ਉੱਥੇ ਪੁਲਿਸ ਸਟੇਸ਼ਨ ਨਹੀਂ ਜਾਣਾ, ਤੇ ਸਾਡੀ ਏਦਾਂ ਬੇਇੱਜ਼ਤੀ ਹੋਊਗੀ ਹਨਾ, ਤੇ ਘਰੇ ਸੋਲਵ ਕਰ ਲੈਂਦੇ ਆ ਗੱਲ, ਪਰ ਉਹ ਚੀਜ਼ਾਂ ਸੋਲਵ ਹੁੰਦੀਆਂ ਨਹੀਂ ਹੈ ਮੈਮ, ਹੈ ਨਾ। ਉਹ ਕੰਚਨ ਜੀ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਦੇ ਉਹਨਾਂ ਉਸ ਲੇਡੀਜ਼ ਨੂੰ ਉੱਥੇ ਲੈ ਕੇ ਆਏ ਪੁਲਿਸ ਸਟੇਸ਼ਨ, ਤੇ ਉਹਨਾਂ ਦੀ ਰਿਪੋਰਟ ਵਗੈਰਾ ਜੋ ਲਿਖਾਣੀ ਸੀ ਤੇ ਉਹਦੇ ਹਸਬੈਂਡ ਨੂੰ ਥੋੜਾ ਧਮਕਾਇਆ, ਤੇ ਉਹਦੇ ਨਾਲ ਹੁਣ ਉਹਦਾ ਫੋਨ ਆਇਆ ਸੀ ਕਿ ਉਹ ਠੀਕ ਹੈ, ਬਿਲਕੁਲ ਥੋੜਾ ਜਿਹਾ ਸੁਧਾਰ ਆ ਗਿਆ। ਹਾਂਜੀ ਬਿਲਕੁਲ ਮੈਮ, ਜਿਸ ਤਰ੍ਹਾਂ ਕਿ ਅੱਜ ਚੱਲ ਰਿਹਾ ਹੈ ਕਿ ਲੇਡੀਜ਼ ਦਾ ਲਗਾਤਾਰ ਦਿਨ ਦਿਹਾੜੇ ਹੀ ਬਲਾਤਕਾਰ ਹੋ ਜਾਂਦੇ, ਔਰ ਲੇਡੀਜ਼ ਦਾ ਨਿਕਲਣਾ ਬਾਹਰ ਬਹੁਤ ਜ਼ਿਆਦਾ ਔਖਾ ਹੋਇਆ ਪਿਆ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਮ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ, ਮੈਨੂੰ ਲੱਗਦਾ ਕਿ ਲੇਡੀਜ਼ ਨੂੰ ਖੁਦ ਨੂੰ ਅਵੇਅਰ ਹੋਣਾ ਚਾਹੀਦਾ ਕਿ ਦੂਜੇ ਬੰਦੇ ਦੀ ਹਿੰਮਤ ਤਾਂ ਹੀ ਪੈਂਦੀ ਜੇ ਤੁਸੀਂ ਖੁਦ ਥੋੜਾ ਲੂਜ਼ ਹੋ, ਲੂਜ਼ ਹੋ ਹੈ ਨਾ। ਬਿਲਕੁਲ ਸਭ ਤੋਂ ਪਹਿਲਾਂ ਸਾਨੂੰ ਮਾਰਸ਼ਲ ਆਰਟ, ਮੇਰੇ ਹਿਸਾਬ ਦੇ ਨਾਲ ਪੇਰੈਂਟਸ ਨੂੰ ਹਰ ਲੜਕੀ ਨੂੰ ਮਾਰਸ਼ਲ ਆਰਟ ਸਿਖਾਉਣਾ ਚਾਹੀਦਾ ਜਿਸ ਦੇ ਨਾਲ ਉਹ ਆਪਣੀ ਸੇਫਟੀ ਕਰ ਸਕਦੀ ਬਾਹਰ ਨਿਕਲ ਕੇ, ਹੈ ਨਾ। ਹਾਂਜੀ, ਤੇ ਦੂਜਾ ਮੈਮ ਅਲਰਟ, ਹਰ ਵੇਲੇ ਸਾਨੂੰ ਅਲਰਟ ਰਹਿਣਾ ਚਾਹੀਦਾ ਕਿਉਂਕਿ ਦੂਜੇ ਬੰਦੇ ਦਾ ਸਾਨੂੰ ਨਹੀਂ ਪਤਾ ਕਿ ਉਹਦੇ ਦਿਮਾਗ 'ਚ ਕੀ ਚੱਲਦਾ ਪਿਆ, ਕੀ ਚੱਲਦਾ ਪਿਆ। ਹਾਂਜੀ, ਤੇ ਮੈਮ ਜਿਸ ਤਰ੍ਹਾਂ ਕਿ ਅੱਜ ਕੱਲ ਬੱਚੇ ਨਸ਼ਿਆਂ ਵੱਲ ਬਹੁਤ ਜ਼ਿਆਦਾ, ਸਾਡੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਨਸ਼ਿਆਂ ਲਿਜਾ ਰਹੀ ਆ, ਇਹਦੇ ਬਾਰੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋ? ਮੈਮ ਮੈਨੂੰ ਇਹ ਹੈ ਕਿ ਮੈਂ ਸਭ ਤੋਂ ਪਹਿਲਾਂ ਤਾਂ ਮੈਮ ਪੇਰੈਂਟਸ ਦੀ ਕਮੀ ਮਹਿਸੂਸ ਕਰਦੀ ਇਸ ਚੀਜ਼ 'ਚ ਕਿ ਜੇ ਪੇਰੈਂਟਸ ਮੋਰਲ ਵੈਲਿਊਜ਼ ਨਹੀਂ ਦਿੰਦੇ ਤਾਂ ਬੱਚਿਆਂ 'ਚੋਂ ਸੰਸਕਾਰ ਨਹੀਂ ਆਉਂਦੇ, ਪਰ ਸਾਨੂੰ ਇਹ ਵੀ ਹੈ ਕਿ ਉਹ ਬਾਹਰ ਸੁਸਾਇਟੀ ਉਹਨਾਂ ਦੀ ਕਿਹੋ ਜਿਹੀ ਹੈ। ਪੇਰੈਂਟਸ ਨੂੰ ਸਭ ਤੋਂ ਪਹਿਲਾਂ ਅਲਰਟ ਹੋਣਾ ਚਾਹੀਦਾ ਕਿ ਉਹ ਬੱਚਿਆਂ ਦੀ ਸੁਸਾਇਟੀ ਦੇਖਣ ਕਿ ਬੱਚੇ ਕਿਹਦੇ ਕਿਹੜੇ ਫਰੈਂਡ ਹੈ, ਉਹਦੇ ਕਿਸ ਕਿਸ ਉਹਨੂੰ ਬਿਲੋਂਗ ਕਰਦੇ ਆ, ਜਾਤੀ ਨੂੰ ਜਾਂ ਕੁਛ ਵੀ, ਬਿਲਕੁਲ ਬਿਲਕੁਲ ਕੀ ਉਹਨਾਂ ਦਾ ਬੈਕਗ੍ਰਾਉਂਡ ਹੈ, ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਮੈਮ ਆਪਾਂ ਉਹ ਚੀਜ਼ਾਂ ਸੋਰਟ ਆਊਟ ਕਰ ਸਕਦੇ ਕਿ ਸਾਡਾ ਬੱਚਾ ਇਹ ਜਿਹੜਾ ਉਹ ਸਹੀ ਰਸਤੇ ਤੇ ਚੱਲੇ, ਨਸ਼ੇ ਵੱਲ ਨਾ ਜਾਵੇ। ਜਿਸ ਤਰ੍ਹਾਂ ਕਿ ਮੈਮ ਅੱਜ ਜਿਹੜੀ ਸਾਡੀ ਸਮਾਜ ਦੀ ਲੇਡੀਜ਼ ਆ, ਇੱਕ ਵਚਨ ਇਹ ਕਿ ਦੇਖਣ ਤੇ ਆਇਆ ਵਾ ਕਿ ਅਗਰ ਲੇਡੀਜ਼
ਟਾਈਮ ਲੱਗ ਜਾਂਦਾ ਵਰਕ ਤੋਂ ਆਉਂਦਿਆਂ, ਤੇ ਉਸ ਤੇ ਕਈ ਕੁਐਸਚਨ ਪੁੱਟ ਕਰਦੇ ਆ, ਐਲੀਗੇਸ਼ਨ ਲਗਾਉਂਦੇ ਆ, ਔਰ ਇੱਕ ਮਰਦ ਭਾਵੇਂ ਰਾਤ ਵੀ ਬਾਹਰ ਰਹਿੰਦਾ ਬਟ ਉਹ ਤੇ ਕੋਈ ਐਲੀਗੇਸ਼ਨ ਲੱਗਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਮੇਰੇ ਹਿਸਾਬ ਦੇ ਨਾਲ ਅਸੀਂ ਸਾਰੇ ਸਾਡੀ ਸੋਸਾਇਟੀ ਦੇ ਵਿੱਚ ਇਹ ਹੈ ਕਿ ਲੇਡੀਜ਼ ਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਹੈ ਨਾ, ਪਰ ਸਾਨੂੰ ਖੁਦ ਅਵੇਅਰ ਹੋਣ ਦੀ ਲੋੜ ਹੈ। ਜੇ ਆਪਾਂ ਖੁਦ ਅਵੇਅਰ ਹੈ, ਖੁਦ ਅਸੀਂ ਠੀਕ ਹਾਂ ਪਿਓਰ ਹਾਂ, ਤਾਂ ਸਾਨੂੰ ਚਾਹੇ ਲੋਕ ਕੁਛ ਮਰਜ਼ੀ ਕਹਿੰਦੇ ਰਹਿਣ, ਸਾਨੂੰ ਉਸ ਚੀਜ਼ ਤੇ ਬਿਲਕੁਲ ਵੀ ਮਤਲਬ ਧਿਆਨ ਨਹੀਂ ਦੇਣਾ ਚਾਹੀਦਾ, ਸਾਨੂੰ ਹੈ ਨਾ। ਤੇ ਦੂਜੀ ਗੱਲ ਮੈਮ, ਅਸੀਂ ਸਾਡੀ ਸੋਸਾਇਟੀ ਚ ਇਹ ਹੈ ਕਿ ਜਿਹੜੀ ਲੇਡੀਜ਼ ਹੈ ਉਹ ਹੀਰਾ ਹੁੰਦੀ ਹੈ ਨਾ, ਤੇ ਜਿਹੜਾ ਜੈਂਟਸ ਹੈ ਉਹ ਲੋਹਾ ਹੁੰਦਾ। ਬਿਲਕੁਲ, ਲੋਹੇ ਨੂੰ ਜੰਗ ਲੱਗ ਜੇ ਤੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਮੈਮ, ਹੀਰੇ ਨੂੰ ਥੋੜੀ ਜਿਹੀ ਵੀ ਤਰੇੜ ਆ ਗਈ ਉਹਦੀ ਵੈਲਿਊ ਘੱਟ ਹੋ ਜਾਂਦੀ। ਤੇ ਸਾਨੂੰ ਚੀਜ਼ਾਂ ਮੈਮ ਸਮਝਣੀਆਂ ਚਾਹੀਦੀਆਂ ਬਿਲਕੁਲ ਸੋਸਾਇਟੀ ਦੇ ਵਿੱਚ ਹੈ ਨਾ, ਸਾਨੂੰ ਆਪਣੀ ਸੈਲਫ ਰਿਸਪੈਕਟ ਦੇ ਲਈ ਸਾਨੂੰ ਇਹ ਕਦਮ ਚੱਕਣੇ। ਹਾਂਜੀ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਜਿਸ ਤਰ੍ਹਾਂ ਕਿ ਕੰਚਨ ਮੈਮ ਹੁਣਾਂ ਨੇ ਵੀ ਦੱਸਿਆ, ਰਜਨੀ ਮੈਮ ਹੁਣਾਂ ਨੇ ਦੱਸਿਆ, ਤੇ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਲੇਡੀਜ਼ ਦੇ? ਲੇਡੀਜ਼ ਵਾਸਤੇ ਤਾਂ ਚਲੋ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈਗੀ ਆ ਕਿ ਹਰੇਕ ਨੂੰ ਆਪਣੇ ਲਈ ਤੇ ਐਕਟਿਵ ਹੋਣਾ ਚਾਹੀਦਾ ਜੇ ਕਿਤੇ ਜਾਣਾ ਹੋਵੇ ਤਾਂ, ਠੀਕ ਹੈ। ਇੱਕ ਨਾ ਸਮਾਜ ਵਿੱਚ ਕੀ ਮੁੱਦਾ ਉੱਠਦਾ ਖਾਸ ਕਰਕੇ ਕਿ ਲੜਕੀਆਂ ਮਤਲਬ ਕਿ ਰੇਪ ਤਾਂ ਹੁੰਦੇ ਜ਼ਿਆਦਾ ਕਿ ਲੜਕੀਆਂ ਜਿਹੜੇ ਕੱਪੜੇ ਸ਼ਾਰਟ ਪਾਉਂਦੀਆਂ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਸ਼ੋਰਟ ਦਾ ਨਹੀਂ ਇੰਨਾ ਹੁੰਦਾ ਹੈਗਾ, ਜੇ ਆਪਣੀ ਹੁੰਦੀ ਆ ਦੇਖਣੀ, ਠੀਕ ਹੈ ਨਾ। ਹੁਣ ਕਈ ਸੂਟ ਵਾਲੀਆਂ ਦੇ ਨਾਲ ਵੀ ਹੋ ਰਹੇ ਆ, ਜਿਹੜੇ ਬੁਰਕੇ ਚ ਰਹਿ ਰਹੀਆਂ ਉਹਨਾਂ ਨਾਲ ਵੀ ਇਹ ਹਾਸੇ ਹੋ ਰਹੇ ਆ, ਇੱਥੇ ਤੱਕ ਤਾਂ 8-8, 9-9 ਸਾਲ ਦੇ ਬੱਚੇ ਨਾਲ ਵੀ ਹੋ ਰਹੇ, ਉਹ ਵੀ ਸ਼ੋਰਟ ਚ ਵੀ ਰਹਿ ਰਹੇ ਆ। ਸ਼ੋਰਟ ਦਾ ਐਡਾ ਇਸ਼ੂ ਨਹੀਂ ਹੈ, ਸ਼ੋਰਟ ਆਪਣਾ ਦੇਖਣ ਦਾ ਜ਼ਰੀਆ ਹੁੰਦਾ ਜੀ। ਬਿਲਕੁਲ ਮੈਮ, ਮਤਲਬ ਤੁਹਾਡੇ ਕਹਿਣ ਤੋਂ ਭਾਵ ਇਹ ਕਿ ਜੇਕਰ ਆਪਣੀ ਨਿਗਾਹ ਸਹੀ ਹੈ, ਆਪਣੀ ਸੋਚ ਸਹੀ ਹੈ, ਸੋਚ ਸਹੀ ਹੈ ਤਾਂ ਸਭ ਸਹੀ ਹੈ, ਸਭ ਕੁਝ ਸਹੀ ਹੈ। ਜੇ ਤੁਸੀਂ ਗਲਤ ਹੈ ਤਾਂ ਸਭ ਗਲਤ ਹੈ, ਜੇ ਤੁਸੀਂ ਗਲਤ ਨਿਗਾਹ ਨਾਲ ਦੇਖੋਗੇ ਤਾਂ। ਬਿਲਕੁਲ ਮੈਮ, ਜ਼ਿਆਦਾ ਰੇਪ ਹੋਣ ਦਾ ਕਾਰਨ ਕੀ ਹੈ? ਜ਼ਿਆਦਾ ਰੇਪ ਹੋਣ ਦਾ ਕਾਰਨ ਇਹੀ ਹੈ ਕਿ ਜਿੱਦਾਂ ਹੁਣ ਕੋਈ ਬਾਹਰ ਜਾ ਰਿਹਾ ਵਾ, ਕਿਸੇ ਦਾ ਦਿਮਾਗ ਖਰਾਬ ਹੋ ਰਿਹਾ, ਕੋਈ ਲੇਡੀਜ਼ ਲੰਘ ਰਹੀ ਹੈ, ਕੋਈ ਨਸ਼ੇ ਵਾਲਾ ਟੱਕਰ ਗਿਆ, ਚਾਰ ਬੰਦੇ ਟੱਕਰ ਗਏ, ਉੱਥੇ ਜੇ ਅੱਗੋਂ ਲੇਡੀਜ਼ ਜਾ ਰਹੀ ਆ, ਉਹਨੇ ਉਹਨੂੰ ਗੱਲਬਾਤ ਕਰਤੀ, ਲੇਡੀਜ਼ ਜੇ ਤਾਂ ਅੱਗੋਂ ਖੜੀ ਹੋਈ, ਡਰਪੋਕ ਨਾ ਹੋਈ, ਫੇਰ ਤਾਂ ਚਲੋ ਠੀਕ ਆ, ਜੇ ਡਰਪੋਕ ਹੋਈ ਉਹ ਚਾਰ ਬੰਦੇ ਦੇ ਹੱਥੇ ਚੜੇਗੀ। ਬਿਲਕੁਲ ਮੈਮ, ਜਿਸ ਤਰ੍ਹਾਂ ਕਿ ਆਉਣ ਵਾਲੇ ਸਮਾਜ ਦੇ ਜਿਹੜੇ ਆਪਣੇ ਨਿਊ ਜਨਰੇਸ਼ਨ ਆ ਜੀ, ਔਰ ਅੱਜ ਲੜਕੀਆਂ ਜਿਹੜੀਆਂ ਬਾਹਰ ਨਿਕਲਣ ਤੋਂ ਡਰਦੀਆਂ ਜੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਉਹਨਾਂ ਨੂੰ ਮੈਸੇਜ ਇਹੀ ਹੈ, ਡਰਨ ਤੋਂ ਡਰਨ ਨਾਲ ਐਕਟਿਵ ਹੋ ਕੇ ਨਿਕਲਣ। ਅੱਜ ਕੱਲ ਜੋ ਮਾਹੌਲ ਚੱਲ ਰਿਹਾ, ਡਰ ਕੇ ਜੇ ਅੰਦਰ ਰਹੂੰਗੀਆਂ ਤੇ ਉਹਨਾਂ ਦਾ ਆਪਣਾ ਜ਼ਿਆਦਾ ਨੁਕਸਾਨ ਹੋਏਗਾ, ਕਿਉਂਕਿ ਇਸ ਟਾਈਮ ਸਟੱਡੀ ਏਦਾਂ ਦੀ ਹੋ ਰਹੀ ਹੈ, ਅੱਗੇ ਤੋਂ ਅੱਗੇ ਹਰੇਕ ਸ਼ਹਿਰ ਚ ਜਾ ਕੇ ਰਹਿਣਾ ਪੈਂਦਾ ਪਿਆ, ਠੀਕ ਹੈ ਨਾ, ਹਰੇਕ ਪੀਜੀਆਂ ਚ ਜਾ ਕੇ ਰਹਿਣਾ ਪੈਂਦਾ ਪਿਆ। ਚੰਡੀਗੜ੍ਹ ਸ਼ਹਿਰ ਦੇਖ ਲਓ, ਜਲੰਧਰ ਦੇਖ ਲਓ, ਸਾਰੇ ਪਾਸੇ ਲੜਕੀ ਅੱਜ ਤੱਕ ਕੱਲੀ ਜਾ ਰਹੀ ਆ। ਬਿਲਕੁਲ, ਜੇ ਉਹ ਅੰਦਰ ਰਹਿ ਗਈਆਂ ਬਾਕੀ ਸਾਰਾ ਕੈਰੀਅਰ ਉਹਨਾਂ ਦਾ ਖਰਾਬ ਹੋ ਸਕਦਾ। ਬਿਲਕੁਲ, ਆਉਣ ਵਾਲਾ ਟਾਈਮ ਉਹਨਾਂ ਲਈ ਖਰਾਬ ਹੋ ਸਕਦਾ। ਮੈਂ ਇਹੀ ਕਹਿਣਾ ਚਾਹੂੰਗੀ, ਜਿਹੜੀਆਂ ਅੰਦਰ ਰਹਿ ਰਹੀਆਂ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਵਾ, ਜਦਕਿ ਜਨਤਾ ਉਹਨਾਂ ਦੇ ਨਾਲ ਹੁੰਦੀ ਆ। ਤੇ ਜਿਸ ਤਰ੍ਹਾਂ ਮੈਮ ਕਿ ਤੁਸੀਂ ਮੰਨ ਲਓ ਕਿ ਅੱਜ ਟੈਨਸ਼ਨ ਜੀ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਮ, ਮੇਰਾ ਮੈਸੇਜ ਤਾਂ ਹਮੇਸ਼ਾ ਇੱਕੋ ਹੀ ਹੁੰਦਾ ਹੈ ਕਿ ਹਰ ਇੰਟਰਵਿਊ ਦੇ ਵਿੱਚ ਮੈਂ ਸਭ ਨੂੰ ਇੱਕੋ ਗੱਲ ਕਹਿੰਦੀ ਹਾਂ ਕਿ ਦੇਖੋ, ਲੇਡੀਜ਼ ਨੂੰ ਡਰਨ ਦੀ ਲੋੜ ਨਹੀਂ ਆ, ਕਿ ਤੁਸੀਂ ਆਵਾਜ਼ ਚੱਕੋ, ਥੋੜ੍ਹਾ ਜਿਹਾ ਆਪਣੀ ਆਵਾਜ਼ ਨੂੰ ਬੁਲੰਦ ਕਰੋ, ਕਿ ਜਦੋਂ ਅਸੀਂ ਕੋਈ ਆਪ ਸਟੈਪ ਚੱਕਾਂਗੇ ਤਾਂ ਸਾਡੇ ਪਿੱਛੇ ਭੀੜ ਆਏਗੀ। ਜਦੋਂ ਸਾਡੇ ਨਾਲ ਕੋਈ ਗਲਤ ਕੰਮ ਹੋ ਰਿਹਾ, ਠੀਕ ਹੈ, ਉਸੀ ਟਾਈਮ ਰੋਕਿਆ ਜਾਵੇ, ਨੋਟ ਕਿ ਅਸੀਂ ਇਹ ਦੇਖੀਏ ਕਿ ਕੋਈ ਸਾਡੀ ਹੈਲਪ ਕਰਦਾ ਹੈ ਕਿ ਨਹੀਂ ਕਰਦਾ। ਪਹਿਲੇ ਆਪਣੀ ਹੈਲਪ ਕੁੜੀਆਂ ਨੂੰ ਆਪ ਕਰਨੀ ਪੈਂਦੀ ਆ। ਮੇਰੇ ਕੋਲ ਮੈਡਮ ਇੱਕ ਕੇਸ ਮੈਂ ਡਿਸਕਸ ਕਰਨਾ ਚਾਹੁੰਦੀ ਹਾਂ, ਕੱਲ ਹੀ ਆਇਆ ਕਿ ਇੱਕ ਬੱਚੀ ਸੀ, ਬੱਚੀ BA ਸੈਕਿੰਡ ਈਅਰ ਚ ਪੜ੍ਹ ਰਹੀ ਆ, ਠੀਕ ਹੈ, ਉਹਨੂੰ ਕਲਾਸ ਦੇ ਵਿੱਚ ਕਿਸੇ ਮੁੰਡੇ ਨੇ ਛੇੜਿਆ, ਤੇ ਉਹ 6-7 ਮਹੀਨੇ ਹੋ ਗਏ ਆ ਘਰ ਬੈਠਿਆਂ ਨੂੰ, ਕਿਉਂਕਿ ਉਹ ਇੰਨਾ ਕੁ ਡਰ ਗਈ ਆ, ਇੰਨਾ ਕੁ ਜ਼ਿਆਦਾ ਡਿਪਰੈਸ਼ਨ ਚ ਆ ਚੁੱਕੀ ਆ
ਕਿ ਨਹੀਂ ਵੀ ਮੈਂ ਕਾਲਜ ਜਾਊਂਗੀ ਤੇ ਮੇਰੇ ਨਾਲ ਕੁਛ ਗਲਤ ਕੰਮ ਹੋਏਗਾ। ਇੱਥੇ ਇਹ ਵੀ ਹੋ ਸਕਦਾ ਨਾ ਕਿ ਜਿੱਦਾਂ ਮੰਨ ਲਓ ਕੋਈ ਪੇਰੈਂਟਸ ਨੂੰ ਵੀ ਚਾਹੀਦਾ ਕਿ ਥੋੜਾ ਫਰੈਂਕਲੀ ਹੋਣ ਬੱਚਿਆਂ ਨਾਲ, ਪੇਰੈਂਟਸ ਦੀ ਤਰ੍ਹਾਂ ਨਹੀਂ ਇੱਕ ਫਰੈਂਡ ਦੀ ਤਰ੍ਹਾਂ ਡੀਲ ਕਰਨ। ਬਿਲਕੁਲ ਮੈਮ, ਮੈਂ ਉਹੀ ਗੱਲ ਕਰ ਰਹੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੇਖੋ ਕਹਿੰਦੇ ਨਾ ਸੰਸਕਾਰ ਇਹੋ ਜਿਹੇ ਦੇਈਏ, ਥੋੜਾ ਜਿਹਾ ਇਹੋ ਜਿਹਾ ਬਰੇਵ ਬਣਾਈਏ ਕਿ ਲੋਕਾਂ ਤੋਂ ਡਰੇ ਨਾ, ਉਹਨਾਂ ਦਾ ਕਹਿੰਦੇ ਡਟ ਕੇ ਮੁਕਾਬਲਾ ਕਰਨ। ਠੀਕ ਹੈ ਮੈਮ, ਤੁਸੀਂ ਸਾਡੇ ਚੈਨਲ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਵਿੱਚ ਹਿੰਮਤ ਸੱਚ ਦਿਖਾਉਣ ਚ ਆਏ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਮੈਮ।